ਪਹਿਲੀ ਗੱਲ ਤੁਹਾਡੀ ਗੱਲ ਦੇ ਟੈਨਸ਼ਨ ਸੀਗੀ ਵੀ ਮੈਂ ਇਹਦੀ ਗਰਲਫ੍ਰੈਂਡ ਆ। ਨਹੀਂ 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 ਸਰ, ਤੁਸੀਂ ਗੱਲ ਤੋਂ ਉਹਨੂੰ ਬੋਲਣ ਦੇ ਅਕਲ ਤੋਂ ਤੁਸੀਂ ਗੱਲ ਤੋਂ ਗੱਲ ਕਰੀਦੀ ਆ ਜੀਓ ਮੇਰੀ ਗੱਲ ਸੁਣੋ ਹੁਣੇ ਮੈਂ ਇੱਥੇ ਫੈਸਲਾ ਕਰਕੇ ਜਾਊਂਗੀ ਮੈਂ ਨਹੀਂ ਕਿਤੇ ਫਸਦੀ। मैडम कौन एक बार भी पूछा मेरी गल तू दल के पिछले चपेड़ा मारन डे पे यार कितना गल कर यार गलती हुई कि चौकी इंचार्ज ने मैं नहीं पता कौन मिल सर मैंने नाम की नहीं पता है। अच्छा जी इन्हों ने सीधा तू चढ़ा बाकी सर ने किसी ने कुछ नहीं किया है पिछले दो सर ने उन्होंने भी कोई गल नहीं की है सिर्फ आ सर आए इन्होंने चक के इन्होंने थप्पड़ मारे मैं इदा भी चल देखो थप्पड़ मारे ट्रेन कर दिया स्पोर्ट्समैन ने इंटरनेशनल लेवल के प्लेयर ने मैं खुद इंटरनेशनल लेवल के प्लेयर हां कादे प्लेयर हो जी तू बॉक्सिंग दे बॉक्सिंग दे ठीक है ਇਹ ਖੁਦ ਆਏ ਇੱਥੇ ਇਹਨਾਂ ਨੇ ਥੱਪੜ ਮਾਰਿਆ ਉਹ ਭਾਜ ਵੀ ਚੱਕ ਕੇ ਡੰਡਾ ਮਾਰਿਆ ਫਿਰ ਮੇਰੇ ਹਸਬੰਡ ਇੱਥੋਂ ਭੱਜੇਗਾ ਇਹਨਾਂ ਨੇ ਇੱਥੇ ਮੇਰੇ ਗਿੱਟ ਤੇ ਮਾਰੀ ਆ ਦੇ ਲਓ ਮੈਂ ਦਿਖਾ ਦਿੰਦੀ ਆ ਆ ਦੇ ਉਹ ਵੀ ਮੇਰੇ ਮੁਲਾਜ਼ਮ ਨੇ ਮੈਂ ਵੀ ਉਹਨਾਂ ਦੇ ਡਿਪਾਰਟਮੈਂਟ ਦਾ ਹਿੱਸਾ ਵਾਂ ਪਰ ਕਮ ਸੇ ਕਮ ਪੂਰੀ ਗੱਲ ਤਾਂ ਸੁਣ ਲਓ ਇਹ ਥੋੜਾ ਮਤਲਬ ਕਿ ਤੁਸੀਂ ਮਾਰਨਾ ਸ਼ੁਰੂ ਕਰਦਾ ਉਸ ਵਕਤ ਸਰ ਨੇ ਵੀ ਡ੍ਰਿੰਕ ਕੀਤੀ ਹੋਈ ਆ ਇਹਨਾਂ ਦਾ ਮੁਲਾਜ਼ਾ ਕਰਾ ਲਓ ਤੇ ਉਹਨਾਂ ਦਾ ਮੁਲਾਜ਼ਾ ਕਰਾ ਲਓ ਬਸ ਕੱਲ ਮੈਂ ਇੰਨੀ ਗੱਲ ਕਹੂੰਗੀ ਬਾਜੀ ਕੋਈ ਗੱਲ ਨਹੀਂ ਸੀਗੀ ਮੈਂ ਹੁਣ ਨਾ ਬਾਹਰ ਨਿਕਲਿਆ ਬੈਲਟਨ ਮੈਂ ਆਇਆ ਕੀਤਾ ਬਸ ਤੂੰ ਆਇਆ ਕਰਨ ਨੂੰ ਕਹਿੰਦਾ ਚੋੜਾ ਕਰਨ ਹੋਣਾ ਮੈਨੂੰ ਇਹਨੇ ਸਪੀਡ ਮਾਰਤੀ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਠੀਕ ਹੈ ਉਹ ਮੇਰੇ ਹੀ ਮੁਲਾਜ਼ਮ ਨੇ ਠੀਕ ਹੈ ਮੈਂ ਉਹਨਾਂ ਦੇ ਜੂਨੀਅਰ ਆਂ ਸਭ ਇੱਥੇ ਪਰ ਲੇਕਿਨ ਗਲਤੀ ਹੈ ਸਰ ਦੀ ਸੀ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਮੁਲਾਜ਼ਮ ਹੋ ਇਹ ਅੱਗੋਂ ਉਲਟਾ ਕਹਿੰਦਾ ਜੀ ਮੈਂ ਆਪਣਾ ਆਈ ਕਾਰਡ ਨਹੀਂ ਦਿਖਾਣਾ ਪਹਿਲਾਂ ਮੈਨੂੰ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਇੱਥੇ ਨਾਕਾ ਤੁਹਾਡਾ ਲੱਗਾ ਵੀ ਹੈ ਕਿ ਭਈ ਤੁਸੀਂ ਐਵੇਂ ਖੜੇ ਆ रोटी नी बनानी है हाईवे ते मोस्टली कई ढाबे खुले हुए ने तुहानू पता होना बिलकुल दो चार खुले हुए ने मैं उत्थे ही आई हां ठीक है देखो एज अ वाइफ इन्होंने मैंने कहा अंतु अंदर बह जा मैं गल कर लेना शायद इन्हों गलती हुई कि दोनों गर्लफ्रेंड बॉयफ्रेंड का जो सच्चाई मैं दसूंगी ठीक है जी इन्होंने रोकया उथे पिछे खड़ के आ जिहड़े सर ने चौकी इंचार्ज ने मैनू नहीं पता कौन है सर मैनू नाम भी नहीं पता है अच्छा जी इन्होंने इन्हां नू सीधा तू चढ़ा बाकी सर ने किसी ने कुछ नहीं किया है पिछे दो सर ने उन्होंने भी कोई गल नहीं की है सिर्फ आ सर आए इन्होंने चक के इन्हां नू थप्पड़ मारे मैं इदा भी चल देखो थप्पड़ मारिया ठीक है ना तो ड्रिंक कर दिया स्पोर्ट्समैन ने अच्छा जी इंटरनेशनल लेवल दे प्लेयर ने मैं खुद इंटरनेशनल लेवल दी प्लेयर हां ठीक है कादे प्लेयर हो जी तुसी बॉक्सिंग दे बॉक्सिंग दे ठीक है ਇਹ ਖੁਦ ਆਏ ਇੱਥੇ ਇਹਨਾਂ ਨੇ ਥੱਪੜ ਮਾਰਿਆ ਉਹ ਭਾਜ ਵੀ ਚੱਕ ਕੇ ਡੰਡਾ ਮਾਰਿਆ ਫਿਰ ਮੇਰੇ ਹਸਬੰਡ ਇੱਥੋਂ ਭੱਜੇਗਾ ਇਹਨਾਂ ਨੇ ਇੱਥੇ ਮੇਰੇ ਗਿੱਟ ਤੇ ਮਾਰੀ ਆ ਦੇਖ ਲਓ ਮੈਂ ਦਿਖਾ ਦੂੰਗੀ ਆ ਦੇਖ ਲਓ ਮੇਰੇ ਮਾਰੀ ਇਹਨਾਂ ਡੰਡੇ ਮਾਰੇ ਜਦ ਤੱਕ ਮੁਲਾਜ਼ਮ ਵਿੱਚ ਸਰ ਰਿਕੁਐਸਟ ਕਰਨੀ ਚੀਕਾ ਹੀ ਮਾਰ ਸਕਦੀ ਮੈਂ ਕੁਛ ਨਹੀਂ ਕਰ ਸਕਦੀ ਉਹ ਵੀ ਮੇਰੇ ਮੁਲਾਜ਼ਮ ਨੇ ਮੈਂ ਵੀ ਉਹਨਾਂ ਦੇ ਡਿਪਾਰਟਮੈਂਟ ਦਾ ਹਿੱਸਾ ਵਾਂ ਪਰ ਕਮ ਸੇ ਕਮ ਪੂਰੀ ਗੱਲ ਤਾਂ ਸੁਣ ਲਓ
ਇਹ ਥੋੜਾ ਮਤਲਬ ਕਿ ਤੁਸੀਂ ਮਾਰਨਾ ਸ਼ੁਰੂ ਕਰਤਾ ਠੀਕ ਹੈ ਜੇ ਮੰਨ ਮੈਂ 1% ਇਹਨਾਂ ਦੀ ਕਹਿ ਦਿੰਦੀ ਇਹਨਾਂ ਦੀ ਗਲਤੀ ਆ ਠੀਕ ਹੈ ਮੈਂ ਹੱਥ ਜੋੜ ਤੇ ਸਰ ਜੋ ਵੀ ਹੈ ਤੁਸੀਂ ਗੱਲ ਕਰੋ ਬਟ ਉਸ ਵਕਤ ਸਰ ਨੇ ਵੀ ਡ੍ਰਿੰਕ ਕੀਤੀ ਹੋਈ ਹੈ ਇਹਨਾਂ ਦਾ ਮੁਲਾਜ਼ਾ ਕਰਾ ਲਓ ਅਤੇ ਉਹਨਾਂ ਦਾ ਮੁਲਾਜ਼ਾ ਕਰਾ ਲਓ ਬਸ ਗੱਲ ਮੈਂ ਇੰਨੀ ਗੱਲ ਕਹੂੰਗੀ ਭਾਅ ਜੀ ਕੋਈ ਗੱਲ ਨਹੀਂ ਸੀਗੀ ਇਹਨਾਂ ਨੇ ਗੱਡੀ ਦੀ ਚਾਬੀ ਕੱਢ ਲਈ ਵੈਰੀਫਾਈ ਕਰ ਰਿਹਾ ਸੀ ਕਿ ਨਹੀਂ ਮੈਮ ਆ ਬਿਨਾਂ ਗੱਲ ਤੋਂ ਤੁਹਾਨੂੰ ਮਾਰਨਾ ਸ਼ੁਰੂ ਕਰਤਾ ਨਾ ਗੱਲ ਕੀ ਹੋਈ ਇਹਨਾਂ ਦੋਨਾਂ ਦੀ ਆਪਸ 'ਚ ਗੱਲ ਹੋਈ ਆ ਸਰ ਕੀ ਗੱਲਬਾਤ ਹੋਈ ਜੀ ਸਰ ਜੀ ਮੇਰੀ ਗੱਲ ਸੁਣੋ ਮੈਨੂੰ ਸਰ ਕਹਿੰਦੇ ਵੀ ਇਦਾਂ ਕਿਦਾਂ ਦਾ ਖੜਤਾ ਮੈਂ ਹੁਣ ਮੈਂ ਬਾਹਰ ਨਿਕਲਿਆ ਬੈਲਟ ਨੂੰ ਮੈਂ ਐਂ ਕੀਤਾ ਬਸ ਕਹਿੰਦਾ ਤੂੰ ਐਂ ਕਰਨੂੰ ਕਹਿੰਦਾ ਚੌੜਾ ਕਰਨੂੰ ਹੁਣ ਪੈਂਦੇ ਨੇ ਚਪੇੜ ਮਾਰ ਦੇ ਬਸ ਇਹ ਤੋਂ ਗੱਲ ਚਪੇੜਾ ਮਾਰ ਦੇ ਮੈਂ ਡੰਡੇ ਡੁੰਡੇ ਆ ਵੇਖੋ ਜੀ ਸਰ ਸਾਨੂੰ ਇਹ ਨਹੀਂ ਪਤਾ ਸਾਨੂੰ ਇੱਥੋਂ ਆਲੇ ਦੁਆਲੇ ਕਿਸੇ ਨੇ ਕਾਲ ਕੀਤਾ ਅਸੀਂ ਡਾਇਰੈਕਟ ਸਰ ਨੂੰ ਕਾਲ ਕੀਤਾ ਹੁਣ ਸਾਨੂੰ ਪਤਾ ਨਹੀਂ ਕਿ ਮੌਕੇ 'ਤੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਬਟ ਅਸੀਂ ਮੌਕੇ 'ਤੇ ਪਹੁੰਚੇ ਕਿ ਇਸ ਦੇ ਰਿਲੇਟਡ ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਰ ਪੂਰਾ ਪੈਗ ਲੱਗੇ ਹੋਏ ਜੀ ਇਹਨਾਂ ਦੇ ਮਾਰਨੇ ਸ਼ੁਰੂ ਕਰਦੇ ਆ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਗੱਲ ਕਰ ਬਾਜੀ ਵੈਰੀਫਾਈ ਕਰੋ ਜੋ ਅਸੀਂ ਗਲਤ ਹੈਗੇ ਆ ਮੈਂ ਖੁਦ ਹੱਥ ਜੋੜੇ ਗਲਤੀ ਮੰਨੂੰਗੀ ਵੀ ਹਾਂ ਮੇਰੀ ਗਲਤੀ ਹੈਗੀ ਪਰ ਅੱਜ ਗਲਤੀ ਨਹੀਂ ਸੀਗੀ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਠੀਕ ਹੈ ਉਹ ਮੇਰੇ ਹੀ ਮੁਲਾਜ਼ਮ ਨੇ ਠੀਕ ਹੈ ਮੈਂ ਉਹਨਾਂ ਦੀ ਜੂਨੀਅਰ ਹਾਂ ਇਸ ਵਕਤ ਇੱਥੇ ਪਰ ਲੇਕਿਨ ਗਲਤੀ ਅੱਜ ਸਰ ਦੀ ਸੀ ਠੀਕ ਹੈ ਹੁਣ ਕਿਉਂ ਉਹਨਾਂ ਨੇ ਆਪਣੀ ਨੰਬਰ ਪਲੇਟ ਕਿਉਂ ਨੇਮ ਪਲੇਟ ਕਿਉਂ ਲਾਤੀ ਆ ਮੈਂ ਲਾਈ ਹੋਈ ਆ ਨੇਮ ਪਲੇਟ ਪ੍ਰੋਪਰਲੀ ਵੈਰੀਫਾਈ ਕੋਈ ਨਹੀਂ ਜੀ ਕੋਈ ਨਾ ਕੋਈ ਨਾ ਕੋਈ ਨਹੀਂ ਬੰਕਰ ਵਾਲੀ ਕੋਈ ਨਹੀਂ ਛੱਡੋ ਹੱਥੋਂ ਪਾਈ ਹੱਥੋਂ ਉਹਨਾਂ ਦਾ ਹੱਥੋਂ ਪਾਈ ਮੈਂ ਦਹਾਂ ਜਣਿਆਂ ਦਾ ਹੱਥੋਂ ਪਾਈ ਦੂੰਗਾ ਨਾ ਹੱਥੋਂ ਪਾਈ ਸਰ 6 ਬੰਦਿਆਂ ਦੇ ਨਾਲ ਸੱਤਾਂ ਬੰਦਿਆਂ ਨਾਲ ਉਹ ਬੰਦਾ ਕੱਲਾ ਹੋ ਗਿਆ ਨੇ ਮੇਰੀ ਲੱਤੀ ਆ ਕਿਉਂ ਲੱਤੀ ਅੱਜ ਬਦਲ ਸਰ ਕੀ ਮਾਮਲਾ ਹੋਇਆ ਕੀ ਹੋਇਆ ਅੱਜ ਸਾਰਾ ਮੈਂ ਰੁਕ ਮਲਾਜ਼ਮ ਮੇਰੇ ਰੁਕਿਆ ਸੀ ਹਾਂਜੀ ਉਹਨਾਂ ਨਾਲ ਵੱਲੋਂ ਮਿਸ ਬਿਹੇਵ ਕੀਤਾ ਉਹਨਾਂ ਨੇ ਮਿਸ ਬਿਹੇਵ ਮੈਂ ਕਰ ਲਾਂਗੇ ਸਰ ਅਸੀਂ ਤੁਹਾਡੇ ਨਾਲ ਹਾਂਜੀ ਝੂਠ ਨਾ ਬੋਲੋ ਸਰ ਜੋ ਸੱਚਾਈ ਸਰ ਕੀ ਹੋਇਆ ਪੂਰੇ ਤੁਸੀਂ ਪੂਰਾ ਦੱਸੋ ਕੋਈ ਦਿੱਕਤ ਨਹੀਂ ਮਿਸ ਬਿਹੇਵ ਮੈਡਮ ਤੁਹਾਡੇ ਹਸਬੰਡ ਨੇ ਕੀਤਾ ਜਿਹੜਾ ਤੁਸੀਂ ਕਹਿੰਦੇ ਹਸਬੰਡ ਨੇ ਕੀਤਾ ਤਾਂ ਹੀ ਤੇ ਮੈਂ ਰੱਜੇ ਪੁੱਜੇ ਆਪਣੀ ਦੇਵ ਕੋਲ ਕੀ ਤੇ ਬੋਲਿਆ ਤੋ ਤੁਸੀਂ ਕੀ ਬੋਲੇ ਸੀ ਆ ਕੇ ਇਹਨਾਂ ਨੂੰ ਰੋਕਿਆ ਜੀ ਹਾਂਜੀ ਸਰ ਠੀਕ ਹੈ ਜੀ ਹਾਂਜੀ ਇਹ ਆ ਕੇ ਜਦੋਂ ਸਾਈਡ ਦੇ ਉੱਤੇ ਸਰ ਹੁਣ ਕਹਿੰਦੇ ਵੀ ਚੈੱਕ ਕਰੋ ਠੀਕ ਹੈ ਇਹ ਬਾਹਰ ਆਏ ਆ ਆਪਾਂ ਇਹਨਾਂ ਨੂੰ ਪੁੱਛਿਆ ਵੀ ਹਾਂਜੀ ਸਰ ਤੁਸੀਂ ਕਿਧਰੋਂ ਡਿਊਟੀ ਆਫ ਕਰਕੇ ਆਏ ਹੋ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਆਪਣੇ ਸਖਰਾਜ ਜੀ ਹੁਣੀ ਬਾਹਰ ਨਿਕਲੇ ਹਾਂਜੀ ਅਸੀਂ ਕਹਿੰਦੇ ਜੀ ਮਾਤਾ ਜੀ ਉਹਨਾਂ ਨੂੰ ਛੱਡ ਕੇ ਆਏ ਆ ਅੰਮ੍ਰਿਤਸਰ ਠੀਕ ਹੈ ਜੀ ਅੰਮ੍ਰਿਤਸਰ ਅਸੀਂ ਛੱਡ ਕੇ ਆਏ ਆ ਤੇ ਇੱਧਰ ਅਸੀਂ ਖਾਣਾ ਲੈਣ ਆ ਰਹੇ ਸੀਗੇ ਸਰ ਉਹਨਾਂ ਨੇ ਪੁੱਛਿਆ ਵੀ ਇਧਰੋਂ ਕਿਹੜਾ ਅੰਮ੍ਰਿਤਸਰ ਦਾ ਰੋਡ ਆ ਵੀ ਜਿਹੜਾ ਤੁਸੀਂ ਅੰਮ੍ਰਿਤਸਰੋਂ ਛੱਡ ਕੇ ਆਏ ਆ ਠੀਕ ਹੈ ਜੀ ਠੀਕ ਹੈ ਜੀ ਇਹ ਬਾਹਰ ਹੋ ਕੇ ਬਾਹਰ ਨਿਕਲ ਕੇ ਤੇ ਬੋਲਣ ਲੱਗ ਪਏ ਕਹਿੰਦੇ ਜੀ ਅਸੀਂ ਅੰਮ੍ਰਿਤਸਰ ਆਏ ਆ ਅਸੀਂ ਰੋਟੀ ਖਾਣ ਚੱਲੇ ਮਤਲਬ ਇਹਦੇ ਬਿਆਨ ਇਧਰ ਉਧਰ ਹੋਣੇ ਸ਼ੁਰੂ ਹੋ ਗਏ ਠੀਕ ਆ ਉਹ ਸਰ ਉਹਨਾਂ ਨੂੰ ਲੱਗਾ ਕਿ ਬਈ ਇਹ ਡਾਊਟਫੁਲ ਬੰਦੇ ਆ ਬਈ ਸਾਨੂੰ ਵੈਰੀਫਾਈ ਕਰਨੇ ਚਾਹੀਦੇ ਆ ਠੀਕ ਆ ਸਰ ਇਹਨਾਂ ਨੇ ਮੁੜ ਕੇ ਉਹਨਾਂ ਦਾ ਆਈ ਕਾਰਡ ਮੰਗਿਆ ਵਾ ਇਹ ਕਹਿੰਦੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਮੁਲਾਜ਼ਮ ਹੋ ਇਹ ਅੱਗੋਂ ਉਲਟਾ ਕਹਿੰਦਾ ਜੀ ਮੈਂ ਆਪਣਾ ਆਈ ਕਾਰਡ ਨਹੀਂ ਦਿਖਾਣਾ ਪਹਿਲਾਂ ਮੈਨੂੰ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਇੱਥੇ ਨਾਕਾ ਤੁਹਾਡਾ ਲੱਗਾ ਵੀ ਹੈ ਕਿ ਬਈ ਤੁਸੀਂ ਐਵੇਂ ਹੀ ਖੜੇ ਆ ਠੀਕ ਹੈ ਜੀ ਇਹਨੇ ਸਾਤੋਂ ਮਤਲਬ ਔਨ ਡਿਊਟੀ ਬੰਦੇ ਤੋਂ ਆਈ ਕਾਰਡ ਮੰਗਿਆ ਵਾ ਅਸੀਂ ਵੈਰੀਫਾਈ ਕਰਨਾ ਚਾਹੁੰਦੇ ਸੀ ਅਸੀਂ ਇਹਨੂੰ ਆਈ ਕਾਰਡ ਮੰਗਿਆ ਇਹਨੇ ਆਪਣਾ ਆਈ ਕਾਰਡ ਨਹੀਂ ਦਿਖਾਇਆ ਇਹ ਉਲਟਾ ਸਾਨੂੰ ਕਹਿੰਦਾ ਸੀਗਾ ਬਈ ਆਈ ਕਾਰਡ ਤੁਸੀਂ ਆਪਣਾ ਦਿਖਾਓ ਠੀਕ ਹੈ ਜੀ ਇੰਨੇ ਦੇ ਵਿੱਚ ਇਹ ਫਿਰ ਉਹ ਪਤਾਵਾ ਬੋਲਣ ਲੱਗ ਪਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਇੰਚਾਰ ਸਾਹਿਬ ਆ ਧਿਆਨ ਨਾਲ ਗੱਲ ਕਰ ਕਹਿੰਦਾ ਇੰਚਾਰ ਸਾਹਿਬ ਆ ਤੇ ਕਹਿੰਦਾ ਤੁਸੀਂ ਇਦਾਂ ਹੀ ਕਰੀ ਜਾਓਗੇ ਉਦਾਂ ਹੀ ਕਰੀ ਜਾਓਗੇ ਅਸੀਂ ਮੁਲਾਜ਼ਮ ਭਰਾ ਵਾਂ ਤੁਸੀਂ ਕਿਉਂ ਆ ਤੁਸੀਂ ਉਦਾਂ ਆ ਉਦਾਂ ਵਾਂ ਠੀਕ ਹੈ ਜੀ ਇੰਨੇ ਗੱਲ ਦੇ ਵਿੱਚ ਇਹ ਆ ਕੇ ਫਿਰ ਬੋਲਣ ਲੱਗ ਪਿਆ ਉੱਚਾ ਵੱਲੋਂ ਹੋਣ ਲੱਗ ਪਿਆ ਫਿਰ ਕਹਿੰਦੇ ਜੀ ਇਹਦੇ ਹੱਥਾਂ ਪਾਈ ਹੋ ਗਈ ਆ ਠੀਕ ਹੈ ਜੀ ਠੀਕ ਹੈ ਇਹਨਾਂ ਨੇ ਹੱਥਾਂ ਪਾਈ ਚ ਤੁਹਾਡੇ ਤੇ ਵੀ ਕੋਈ ਹਮਲਾ ਕੀਤਾ ਬਿਲਕੁਲ ਮੇਰੇ ਵੀ ਲੱਗੀ ਹੈ ਜੀ ਆਪਣੇ ਚੌਂਕੀ ਚਾਹ ਸਾਹਿਬ ਨੂੰ ਸਭ ਤੋਂ ਪਹਿਲਾਂ ਤੇ ਇਹਨੂੰ ਮਾਰਿਆ ਉਸ ਤੋਂ ਬਾਅਦ ਫਿਰ ਆਪਣੇ ਮੁਲਾਜ਼ਮਾਂ ਨੇ ਫਿਰ ਠੀਕ ਹੈ ਜੀ ਇਹ ਗੱਲਬਾਤ ਹੋਈ ਹੈ ਸਾਰੀ ਬਾਕੀ ਤੁਸੀਂ ਇਹਨਾਂ ਨਾਲ ਕਰ ਲਓ ਗੱਲ ਸਾਫ ਝੂਠ ਝੂਠ ਬੱਚੇ ਹੈਗੇ ਤੁਹਾਡੇ ਘਰ 'ਚ ਕਿ ਨਹੀਂ ਹੈਗੇ ਝੂਠ ਕਿਉਂ ਬੋਲੀ ਜਾਂਦੇ ਹੋ ਤੁਸੀਂ ਬੋਲਣ ਦਾ ਪਤਾ ਸਰ ਨੇ ਮਾਰਿਆ ਵਾ ਪਹਿਲਾਂ ਐਡਾ ਦਿਮਾਗ ਖਰਾਬ ਹੋਇਆ ਕਿ ਅੱਜੀ ਰੈਂਕ ਨੂੰ ਥੱਪੜ ਮਾਰ ਦੂਗਾ ਉਹ ਸਰ ਕਮ ਸੇ ਕਮ ਝੂਠ ਸਮਝ ਕੇ ਬੋਲੋ ਬੱਚੇ ਹੈਗੇ ਨਾ ਘਰ 'ਚ ਮੇਰਾ ਇੱਕ ਬੱਚਾ ਵਾ ਮੇਰਾ ਇੱਕ ਬੱਚਾ ਵਾ ਪਰਮਾਤਮਾ ਨੇ ਇੱਕੋ ਹੀ ਦਿੱਤਾ ਵਾ ਮੈਨੂੰ ਠੀਕ ਹੈ ਵੀ ਆਪਣੇ ਹਸਬੰਡ ਨੂੰ ਨਹੀਂ 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 ਸਰ ਤੁਸੀਂ ਗੱਲ ਤੋਂ ਉਹਨੂੰ ਬੋਲਣ ਦੇ ਅੱਕਾ ਦਿਖਾਓ ਚਪੇੜਾ ਮਾਰਦੇ ਪਹਿਲੀ ਗੱਲ ਤੁਹਾਡੀ ਗੱਲ ਦੀ ਇੰਟੈਂਸ਼ਨ ਸੀਗੀ ਵੀ ਮੈਂ ਇਹਦੀ ਗਰਲਫ੍ਰੈਂਡ ਆ ਠੀਕ ਹੈ ਮੈਨੂੰ ਸਰ ਪਤਾ ਵਾ ਮੈਂ ਵੀ ਮੁਲਾਜ਼ਮ ਆ 9 ਸਾਲ ਸ਼ਰਾਬ ਕਿਨੇ ਪੀਤੀ ਆ ਸ਼ਰਾਬ ਪੀਤੀ ਕਿਨੇ ਜਨਾਬ ਨੇ ਪੀਤੀ ਟੈਂਸ਼ਨ ਸ਼ਰਾਬ ਪੀਤੀ ਮਾਇਆ ਕਰਾਂਗੇ ਕੋਈ ਗੱਲ ਹੀ ਨਹੀਂ ਐਵੇਂ ਗੱਲ ਕਰੀ ਜਾਨੀ ਆ ਟੈਂਸ਼ਨ ਵੀ ਕੋਈ ਗੱਲ ਨਹੀਂ ਸਖਰਾਜ ਤੈਨੂੰ ਇੱਕ ਵਾਰ ਵੀ ਪੁੱਛਿਆ ਕਿ ਮੈਡਮ ਕੌਣ ਆ ਇੱਕ ਵਾਰ ਵੀ ਪੁੱਛਿਆ ਮੇਰੀ ਗੱਲ ਤੋਂ ਤੂੰ
हुण तुसी देख सकदे हो ग्लोबल पंजाब टीवी नू डाउनलोड करो साडी ऐप एंड्रॉइड जां आईओएस ते फ्री विच रोकू अते अमेज़न फायर टीवी ते जां एप्पल टीवी ते नाल ही देख सकदे हो लाइव स्ट्रीमिंग www.globalpunjabtv.com ते